ਬੀਤੇ ਦਿਨੀ ਤਰਨ ਤਰਨ ਦੇ ਸਮਾਜ ਸੇਵੀ ਹਰਕ੍ਰਿਸ਼ਨ ਅਰੋੜਾ ਵੱਲੋਂ ਕੁਰਕਰੇ ਸਨੈਕਸ ਅਤੇ ਮੋਗਲੀ ਸਨੈਕਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਇਹ ਜੋ ਪ੍ਰੋਡਕਟ ਨਕਲੀ ਹਨ ਅਤੇ ਬਦਬੂ ਮਾਰਦੇ ਹਨ। ਉਸ ਖਬਰ ਨੂੰ ਦੇਖ ਕੇ ਪ੍ਰੋਡਕਟ ਮਾਲਕਾਂ ਵੱਲੋਂ ਮਿਲ ਕੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਬਣੇ ਪ੍ਰੋਡਕਟ ਵੀ ਦਿਖਾਏ ਗਏ। ਨਾਲ ਹੀ ਉਹਨਾਂ ਵੱਲੋਂ ਤਰਨ ਤਰਨ ਦੇ SSP ਹਰਚਰਨ ਸਿੰਘ ਨੂੰ ਮੰਗ ਪੱਤਰ ਦਿੱਤੇ ਅਤੇ ਹਰਿਕ੍ਰਿਸ਼ਨ ਅਰੋੜਾ ਸਮਾਜ ਸੇਵੀ ਉੱਪਰ ਕਾਨੂੰਨੀ ਕਾਰਵਾਈ ਕਰਨ ਬਾਰੇ ਕਿਹਾ ਗਿਆ। ਕੱਲ੍ਹ ਜਿਹੜੀ ਅਸੀਂ ਖਬਰ ਦੇਖੀ ਆ ਸਾਡੇ ਚੈਨਲ ਦੇ ਰਾਹੀਂ, ਉਹਦੇ 'ਚ ਉਹਨਾਂ ਨੇ ਦੱਸਿਆ ਹੋਇਆ ਵਾ ਹਰਿਕ੍ਰਿਸ਼ਨ ਜੀ ਨੇ ਵੀ ਇਸ ਪੈਕਟ ਦੇ ਉੱਤੇ ਨਾ ਮੈਨੂਫੈਕਚਰਿੰਗ ਡੇਟ ਆ ਜੀ, ਨਾ ਇਹਦੇ 'ਤੇ ਬੈਚ ਨੰਬਰ ਆ, ਇਹ ਡੁਪਲੀਕੇਟ ਪ੍ਰੋਡਕਟ ਆ। ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈਗੀ, ਨਾ ਇਹ ਕੋਈ ਡੁਪਲੀਕੇਟ ਹੈਗਾ ਵਾ, ਇਹ ਸਾਡਾ ਮੋਗਲੀ ਜਿਹੜਾ ਉਹਨਾਂ ਨੇ ਕੀਤਾ ਵਾ, ਇਹ ਰਜਿਸਟਰਡ ਪ੍ਰੋਡਕਟ ਆ ਸਾਡਾ, ਠੀਕ ਆ। ਬਕਾਇਦਾ ਇਹਦੇ ਮੈਨੂਫੈਕਚਰਿੰਗ ਡੇਟ ਹੈਗੀ ਆ, ਠੀਕ ਆ, ਬੈਚ ਨੰਬਰ ਹੈਗਾ ਵਾ, ਨੰਬਰ ਹੈਗਾ ਵਾ। ਦੂਸਰਾ ਉਹਨਾਂ ਨੇ ਕਿਹਾ ਇਹਦੇ 'ਚ ਸਮੈਲ ਆਉਂਦੀ ਆ ਜੀ, ਕੋਈ ਇਹੋ ਜਿਹੀ ਗੱਲ ਨਹੀਂ, ਬਿਲਕੁਲ ਫਰੈਸ਼ ਪੈਕਟ ਆ, ਹੁਣ ਅਸੀਂ ਮਾਰਕੀਟ ਦੇ ਵਿੱਚੋਂ ਹੀ ਇਹ ਪੈਕਟ ਲਏ ਹੋਏ ਆ। ਇਹ ਬਿਲਕੁਲ ਇਹਨਾਂ ਦੀ ਕੋਈ ਪਰਸਨਲ ਇਹਨਾਂ ਦੀ ਕੋਈ ਹੈਗੀ ਆ ਜੀ, ਜਿਹੜੇ ਸਾਡੇ ਡੀਲਰ ਆ ਉਹਨਾਂ ਨਾਲ ਕੋਈ ਗੱਲਬਾਤ, ਉਹਨਾਂ ਕਰਕੇ ਇਹਨਾਂ ਨੇ ਆਪਣੀ ਪਰਸਨਲ ਰੰਜਿਸ਼ ਕਰਕੇ ਸਾਡੀ ਕੰਪਨੀ ਨੂੰ ਬਦਨਾਮ ਕੀਤਾ। ਅਸੀਂ ਇਹ ਚਾਹੁੰਦੇ ਹਾਂ ਵੀ ਜੋ ਵੀ ਇਹਦੀ ਇਹਦੇ 'ਤੇ ਕਾਰਵਾਈ ਹੋਵੇ, ਇਹਨਾਂ 'ਤੇ ਵੀ ਗਾਂਹ ਤੋਂ ਇਹਨਾਂ ਦਾ ਜਿਹੜਾ ਆਪਣੀ ਪਰਸਨਲ ਗੱਲ ਹੈ ਪਰਸਨਲ ਰੱਖਣੇ 'ਚ ਵੀ ਕਿਸੇ ਨੂੰ ਵੀ ਇਨਵੋਲਵ ਨਾ ਕਰਨਾ, ਜੋ ਵੀ ਬਣਦੀ ਕਾਰਵਾਈ ਇਹਨਾਂ 'ਤੇ ਅਸੀਂ ਕਰਾਂਗੇ। ਹਾਂ ਬਿਲਕੁਲ ਕਰਾਂਗੇ। ਉਹਨੇ ਜਾਣ ਬੁੱਝ ਕੇ ਆਪਣੀ ਪਰਸਨਲ ਰੰਜਿਸ਼ ਦੇ ਖਿਲਾਫ ਰੰਜਿਸ਼ ਕਰਕੇ ਬੈਚ ਨੰਬਰ 'ਤੇ ਮੈਨੂਫੈਕਚਰਡ ਮਟੀ। ਹਾਂਜੀ, ਅਸੀਂ ਚਾਹੁੰਦੇ ਹਾਂ ਵੀ ਅਸੀਂ DC ਸਾਹਿਬ ਕੋਲ ਚਾਹੁੰਦੇ ਹਾਂ ਵੀ ਉਹ ਆਪਣਾ ਇਸ ਬੰਦੇ 'ਤੇ ਐਕਸ਼ਨ ਲੈਣ, ਜਿਹਨੇ ਆਪਣੀ ਪਰਸਨਲ ਰੰਜਿਸ਼ ਕਰਕੇ ਸਾਡੀ ਕੰਪਨੀ ਦਾ ਨੁਕਸਾਨ ਕੀਤਾ, ਸਾਡੀ ਡੀਫੇਮੇਸ਼ਨ ਕੀਤੀ ਆ। ਅਸੀਂ ਚਾਹੁੰਦੇ ਹਾਂ ਉਹਦੇ 'ਤੇ ਐਕਸ਼ਨ ਲਿਆ ਜਾਵੇ। ਮਾਨਯੋਗ DC ਸਾਹਿਬ ਵੱਲੋਂ ਜਿਸ ਤਰ੍ਹਾਂ ਪਹਿਲੇ ਨਿਰਦੇਸ਼ ਕੀਤੇ ਜਾ ਚੁੱਕੇ ਹੈਗੇ, ਡਿਸਟ੍ਰਿਕਟ ਹੈਲਥ ਅਫਸਰ ਜਿਹੜੇ ਆ ਉਸ ਚੀਜ਼ ਨੂੰ ਚੈੱਕ ਕਰ ਰਹੇ ਆ, ਕੁਆਲਿਟੀ ਆਫ ਦਾ ਪ੍ਰੋਡਕਟ ਐਂਡ ਆਲ ਦੈਟ, ਉਹਨਾਂ ਦੀ ਰਿਪੋਰਟ ਸਾਨੂੰ ਆ ਜਾਏਗੀ। ਉਸ ਤੋਂ ਬਾਅਦ ਅਗਰ ਰਿਪੋਰਟ ਗਲਤ ਪਾਈ ਜਾਂਦੀ ਹੈ ਤਾਂ ਸਰਟਨਲੀ ਜੋ ਇਹਨਾਂ ਦਾ ਗ੍ਰੀਵੈਂਸ ਆ ਸਹੀ ਹੈ, ਫਿਰ ਇਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਹੋਏਗੀ ਅਸੀਂ ਕਰਾਂਗੇ। ਮੇਰੇ ਖਿਆਲ 'ਚ ਜੋ ਮਾਨਯੋਗ DC ਸਾਹਿਬ ਨੇ ਜਿਸ ਤਰ੍ਹਾਂ ਡਿਸਟ੍ਰਿਕਟ ਹੈਲਥ ਅਫਸਰ ਤੋਂ ਜੋ ਰਿਪੋਰਟ ਮਿਲ ਗਈ, ਜਦ ਤੱਕ ਰਿਪੋਰਟ ਨਹੀਂ ਆ ਜਾਂਦੀ ਤਦ ਤੱਕ ਸਾਨੂੰ ਵੇਟ ਕਰਨੀ ਚਾਹੀਦੀ ਹੈ। ਤਰਨ ਤਾਰਨ ਤੋਂ ਜਾਗਰਤੀ ਲਹਿਰ ਲਈ ਵਿਜੇ ਕੁਮਾਰ ਦੀ ਰਿਪੋਰਟ।